ਮੱਝਾਂ ਦੇ ਬਹੁਤ ਵਧੀਆ ਵਪਾਰੀ ਨੇ। ਆਲ ਇੰਡੀਆ ਦੇ ਵਿੱਚ ਸਭ ਤੋਂ ਮਹਿੰਗੀ ਮੱਝ ਜਿਹੜੀ ਉਹਨਾਂ ਨੇ ਵੇਚੀ ਆ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕਿੰਨੇ ਲੱਖ ਦੀ ਵੇਚੀ ਆ ਅਤੇ ਕਿਹੜੀ ਨਸਲ ਸੀ। ਵੀਰ ਜੀ ਕੀ ਆ? ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਵੀਰ ਡਾਂਡਾ ਹੈ ਜੀ, ਪਿੰਡ ਲਿਤਾਣੀ ਹੈ, ਜ਼ਿਲ੍ਹਾ ਹਿਸਾਰ, ਹਰਿਆਣਾ ਸੇ। ਠੀਕ ਹੈ। ਹਾਂਜੀ, ਅਤੇ ਜਿਹੜੀ ਆਪਾਂ ਮੱਝ ਵੇਚੀ ਆ ਜੀ, ਹਾਂਜੀ, ਅਤੇ ਉਹ ਕਿੰਨੇ ਦੀ ਵਿਕੀ ਆ? ਉਹ 51 ਲੱਖ ਦੀ ਵਿਕੀ ਜੀ। ਅਤੇ ਕਿਹੜੀ ਨਸਲ ਸੀ? ਉਹ ਮੁਰਾ ਨਸਲ ਦੀ ਸੀ ਜੀ। ਠੀਕ ਹੈ। ਅਤੇ ਵੇਚ ਕੇ ਕਿੱਥੇ ਗਈ ਹੈ ਜੀ? ਉਹ ਪੰਜਾਬ ਮੈਂ ਗਈ ਜੀ, ਮਾਛੀਵਾੜਾ ਕੇ ਨਜ਼ਦੀਕ ਰਜੂਲ ਗਾਓਂ। ਠੀਕ ਹੈ। ਹਾਂਜੀ, ਅਤੇ ਆਪਾਂ ਨੂੰ ਕਦੋਂ ਤੇ ਸ਼ੌਂਕ ਹੈ ਮੱਝ ਦਾ? ਤਾਂ ਪਿੱਛੇ ਤੋਂ ਖਾਨਦਾਨੀ? ਨਹੀਂ, ਸ਼ੁਰੂ ਤੋਂ ਖਾਨਦਾਨੀ ਹੈ ਜੀ। ਛੋਟੇ ਹੁੰਦੇ ਪੜ੍ਹਾਈ ਜ਼ਿਆਦਾ ਕੀ ਨਹੀਂ, 8ਵੀਂ ਤੱਕ ਸਕੂਲ ਮੈਂ ਗਏ, ਉਸਕੇ ਬਾਅਦ ਇਹ ਮੱਝੋਂ ਕਾ ਮਾਨੋ ਪੜ੍ਹਨੇ ਲੱਗੇ, ਫਿਰ ਵਪਾਰ ਕਰਨੇ ਲੱਗੇ ਜੀ, ਥੋੜ੍ਹਾ ਥੋੜ੍ਹਾ ਇਹ ਚੱਲ ਪਿਆ। ਆਪਣੇ ਕੋਲ ਕਿੰਨੀਆਂ ਮੱਝਾਂ ਇਸ ਟਾਈਮ? ਬਸ 5 ਜਾਂ 6 ਮੱਝਾਂ ਰੱਖਾਂ ਜੀ, ਇੱਕ ਬੁੱਲ ਹੈ ਵੀ ਲਾਡਲਾ ਨਾਂ ਕਾ, ਔਰ ਮੱਝਾਂ ਰੱਖੀ ਹੋਈ ਜੀ। ਠੀਕ ਹੈ। ਹਾਂਜੀ, ਇਹ ਸੀ ਸਾਡੇ ਨਾਲ ਉਹ ਵੀਰ ਜੀ ਜਿਨ੍ਹਾਂ ਨੇ ਕਹਿੰਦਾ ਬਾਬਾ ਸਭ ਤੋਂ ਇੰਡੀਆ ਦੀ ਸਭ ਤੋਂ ਮਹਿੰਗੀ ਮੱਝ ਜਿਹੜੀ ਵੇਚੀ ਆ 51 ਲੱਖ ਰੁਪਏ ਦੀ, ਅਤੇ ਅੱਜ ਇਸ ਅੰਦੋਲਨ ਦੇ ਵਿੱਚ ਵੀ ਇਹ ਹਾਜ਼ਰੀ ਲਵਾ ਰਹੇ ਨੇ। ਆਪਾਂ ਇਹਨਾਂ ਨਾਲ ਗੱਲ ਕਰਦੇ ਵੀ ਇਸ ਅੰਦੋਲਨ ਦੇ ਵਿੱਚ ਇਹ ਜਿਹੜਾ ਲੰਗਰ ਲੱਗਿਆ ਹੋਇਆ ਅਤੇ ਕਿਹੜੀ ਕਿਹੜੀ ਚੀਜ਼ ਦਾ ਲੰਗਰ ਵਰਤ ਰਿਹਾ ਹੋਵੇ? ਇਹ ਲੰਗਰ ਮੈਂ ਜੀ ਅਲੱਗ ਅਲੱਗ ਡੈਲੀ ਕਾ ਮਾਨੋ ਕਭੀ ਖੀਰ ਬਣ ਗਈ, ਹਲਵਾ ਬਣ ਗਿਆ, ਮਾਲਪੂੜੇ ਹੈ, ਜਲੇਬੀਆਂ, ਸਾਦੀ ਜਲੇਬੀ ਹੋ ਗਈ, ਪਨੀਰ ਕੀ ਹੋ ਗਈ, ਰਸਗੁੱਲੇ, ਗੁਲਾਬ ਜਾਮਣ, ਟਿੱਕੀ, ਛੋਲੇ ਜੀ, ਦਹੀਂ ਬੱਲੇ, ਜਾਂ ਬ੍ਰੈਡ ਪਕੌੜਾ ਹੈ, ਇਹੀ ਚੱਲਦਾ ਰਹਿੰਦਾ ਹੈ ਜੀ। ਔਰ ਸਾਰੇ ਭਾਈ ਮਿਲ ਕੇ ਸੇਵਾ ਨਿਭਾ ਰਹੇ ਹਾਂ ਜੀ, ਕਿਉਂਕਿ ਅਸੀਂ ਵੀ ਹੁਣੇ ਹੁਣੇ ਚਾਹ ਦਾ ਲੰਗਰ ਛੱਕ ਕੇ ਹਟੇ ਹਾਂ। ਸਾਨੂੰ ਵੀ ਗੁਲਾਬ ਜੰਮਣਾ, ਰਸਗੁੱਲੇ, ਜਿਹੜੇ ਇੱਥੇ ਬ੍ਰੈਡ ਟਿੱਕੀ ਅਸੀਂ ਛੱਕ ਕੇ ਹਟੇ ਹਾਂ, ਬਹੁਤ ਸਵਾਦ ਬਣਾ ਰਹੇ ਨੇ। ਅਤੇ ਇਹਨਾਂ ਦੇ ਨਾਲ ਹੀ ਭਾਈ ਸਾਹਿਬ ਬੈਠੇ ਨੇ ਜਿਹੜੇ ਹਲਵਾਈ ਨੇ ਅਤੇ ਕਿਸਾਨ ਵੀ ਨੇ, ਕਹਿੰਦੇ ਉਹਨਾਂ ਨਾਲ ਵੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ। ਅਤੇ ਜਿਹੜਾ ਅੱਜ ਦਾ ਇਹ ਸਾਡਾ ਠੀਕਰੀ ਬਾਰਡਰ ਦਾ ਰੂਟ ਆ ਡੇਲੀ ਪੰਜਾਬ ਲਾਈਵ ਵੱਲੋਂ,